ਖਰਗੋਸ਼ ਨਹੀਂ ਦੇਖਾਂ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ? ਉਮੀਦ ਕਰਾਂ ਸਭ ਤੋਂ ਠੀਕ ਠਾਕ ਖੈਰ ਖਰੀਅਤ ਨਾਲ ਹੋਵੋਗੇ। ਦੋਸਤੋ, ਅੱਜ ਕਾਫੀ ਅਰਸੇ ਦੇ ਬਾਅਦ ਵਲੋਗ ਬਣਾ ਰਹੇ ਹਾਂ ਅਤੇ ਅੱਜ ਦੇ ਵਲੋਗ ਦੇ ਵਿੱਚ ਇੱਕ ਗੁੱਡ ਨਿਊਜ਼ ਆ। ਅਤੇ ਗੁੱਡ ਨਿਊਜ਼ ਦੇਣ ਤੋਂ ਪਹਿਲਾਂ ਯਾਰ, ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਮਾਰੋ ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਲਓ। ਅਤੇ ਚਲੋ ਚੱਲੀਏ ਅੱਜ ਦੇ ਵਲੋਗ ਦੀ ਤਰਫ਼। ਸੁਬਹਾ ਸੁਬਹਾ ਦਾ ਟਾਈਮ, ਸਾਰੇ ਪਰਿੰਦੇ ਛੋੜੇ ਹੋਏ ਆ, ਮਾਸ਼ਾਅੱਲਾ ਚੈੱਕ ਕਰੋ। ਖਰਗੋਸ਼ ਵੀ ਛੋੜੇ ਹੋਏ ਆ, ਇਹ ਕੇਲੇ ਅੰਦਰ ਵੜਿਆ ਹੋਇਆ, ਬਾਕੀ ਆਹ ਚੈੱਕ ਕਰੋ ਮਾਸ਼ਾਅੱਲਾ ਖਰਗੋਸ਼, ਬਾਕੀ ਆਹ ਚੂਜ਼ਾ ਜਿਹੜਾ ਲੈ ਕੇ ਆਇਆ ਸੀ ਤੁਹਾਨੂੰ ਪਿਛਲੇ ਵਲੋਗ ਤੁਸੀਂ ਦੇਖਿਆ ਹੋਣਾ, ਅਤੇ ਉਹ ਸਾਡੀ ਰਾਣੀ। ਇਹ ਸਾਰਿਆਂ ਦਾ ਖਾਣ ਪੀਣ ਤੋਂ ਬਾਅਦ ਕੰਮ ਇਹੀ ਹੁੰਦਾ ਕਿ ਖੱਡੇ ਨੂੰ ਖਾਲੀ ਕਰਨਾ ਹੁੰਦਾ। ਮੈਂ ਇਹ ਮਿੱਟੀ ਦੇ ਅੰਦਰ ਪਾਉਂਦਾ ਅਤੇ ਇਹਨਾਂ ਨੇ ਖੱਡੇ ਖਾਲੀ ਕਰਨਾ ਹੁੰਦਾ। ਇੱਥੋਂ ਚੈੱਕ ਕਰੋ ਮਾਸ਼ਾਅੱਲਾ, ਸਾਡੇ ਛੋਟੇ ਛੋਟੇ ਖਰਗੋਸ਼ ਚੈੱਕ ਕਰੋ। ਛੋਟੇ ਛੋਟੇ ਸੀ ਜਦੋਂ ਲੈ ਕੇ ਆਇਆ ਸੀਗਾ, ਮਾਸ਼ਾਅੱਲਾ ਹੁਣ ਦੇਖੋ ਅੱਛੀ ਗਰੋਥ ਹੋ ਗਈ, ਲੇਕਿਨ ਗਰੋਥ ਮੇਰੇ ਹਿਸਾਬ ਨਾਲ ਸਹੀ ਨਹੀਂ ਹੋਈ ਕਿਉਂਕਿ ਕਾਫੀ ਲੇਟ ਵੱਡੇ ਹੋਏ ਇਹ। ਉਹਦੀ ਵਜ੍ਹਾ ਇਹ ਹੈ ਕਿ ਸਾਡੇ ਬਿੱਲੀਆਂ ਬਹੁਤ ਜ਼ਿਆਦਾ, ਅਸੀਂ ਇਹਨਾਂ ਨੂੰ ਛੋੜਦੇ ਘੱਟ ਵੱਧ ਛੋੜਦੇ ਹਾਂ, ਤਕਰੀਬਨ ਦਿਨ ਦੇ ਵਿੱਚ ਦੋ ਟਾਈਮ ਛੋੜ ਦਿੰਦੇ ਇਹਨਾਂ ਨੂੰ। ਅਤੇ ਮਾਸ਼ਾਅੱਲਾ ਚੈੱਕ ਕਰੋ, ਆਹ ਨਰ ਅਤੇ ਉਹ ਮਾਦਾ, ਅਤੇ ਆਹ ਸਾਡੀ ਰਾਣੀ। ਰਾਣੀ ਦੇਖਦੀ ਪਈ ਆ ਖਰਗੋਸ਼ ਨੂੰ ਮਾਰਨਾ ਸੀ, ਨਹੀਂ ਤਾਂ ਇਹਨੇ ਹੁਣ ਬਰਤਨ ਰੱਖਿਆ ਹੋਇਆ ਧੋਣ ਵਾਲੇ, ਤਾਂ ਚੂਹੇ ਵਾਸ ਹੁਣ ਇਹਨਾਂ ਦੇ ਦੁਆਲੇ ਹੀ ਹੋ ਗਏ। ਮਾਸ਼ਾਅੱਲਾ ਆਹ ਪੱਠਾ ਚੈੱਕ ਕਰੋ, ਤਕਰੀਬਨ ਤਿੰਨ ਸਾਢੇ ਤਿੰਨ ਮੰਥ ਦਾ ਪੱਠਾ। ਮਾਸ਼ਾਅੱਲਾ ਇਹਦੀ ਗਰੋਥ ਵੀ ਅੱਛੀ ਆ, ਮੈਂ ਬਾਹਰੋਂ ਖਰੀਦ ਕੇ ਲੈ ਕੇ ਆਇਆ ਸੀਗਾ। ਜਿਹੜੇ ਉਸ ਮੁਰਗੀ ਦੇ ਬੱਚੇ ਆ ਉਹ ਹਿਲੇ ਵੀ ਛੋਟੇ ਛੋਟੇ ਆ, ਅਤੇ ਆਹ ਜਿਹੜਾ ਪੱਠਾ ਆ ਮੈਂ ਬਾਹਰੋਂ ਖਰੀਦ ਕੇ ਲੈ ਕੇ ਆਇਆ ਸੀਗਾ। ਅਤੇ ਉਹ ਖਰਗੋਸ਼ਣੀ ਦੇ ਕੰਮ ਦੇਖੋ ਜੀ, ਮੁਰਗੀ ਨੂੰ ਡਰਾ ਤਾ, ਆਪ ਹੁਣ ਇੱਥੇ ਬੈਠੀ ਹੈ ਲੋਕੇ। ਸਾਰਿਆਂ ਨੂੰ ਇਕੱਠੇ ਇਸ ਵਾਸਤੇ ਨਹੀਂ ਛੋੜਦੇ, ਆਪਸ ਲੜਾਈਆਂ ਕਰਦੇ। ਹੁਣ ਤੁਹਾਡੇ ਸਾਹਮਣੇ ਕੈਮਰਾ ਚੱਲਦਾ ਪਿਆ ਸੀ ਤਾਂ ਮੁਰਗੀ ਨੇ ਦੇਖ ਲਓ
ਪੰਗੇ ਲਏ ਖਰਗੋਸ਼ਨੀ ਨਾਲ, ਸਾਰੀ ਖਰਗੋਸ਼ਨੀ ਨੇ ਪੰਗੇ ਲਏ ਮੁਰਗੀ ਦੇ ਨਾਲ। ਹੁਣ ਇਹਨਾਂ ਨੇ ਖਾ ਪੀ ਲਿਆ, ਹੁਣ ਇਸ ਤਰ੍ਹਾਂ ਹੀ ਤਕਰੀਬਨ ਅੱਧਾ ਘੰਟਾ ਇਹਨਾਂ ਨੂੰ ਛੋੜਨਾ, ਹੁਣ ਰੈਸਟ ਮਾਰੂਗੇ, ਭਾਈ ਦੌੜ ਲਊਗੇ, ਫਿਰ ਇਹਨਾਂ ਨੂੰ ਬੰਦ ਕਰ ਦੇਣਾ, ਫਿਰ ਰਾਣੀ ਸਿਰਫ ਖੱਲੀ ਛੁੱਟੀ ਰਹੂਗੀ ਬਸ। ਖਰਗੋਸ਼ ਨਹੀਂ ਬੈਠ ਗਈ ਇਸ ਜਗ੍ਹਾ 'ਤੇ, ਅਤੇ ਖਰਗੋਸ਼ ਬੈਠ ਗਿਆ ਇਸ ਜਗ੍ਹਾ 'ਤੇ। ਦੋਸਤੋ ਹੁਣ ਜਿਹੜੀ ਜੁਬਲੀ ਉਹਦਾ ਤੁਹਾਨੂੰ ਦੱਸ ਦਿੰਦਾ, ਇੱਕ ਹੋਰ ਪਰਿੰਦਾ ਦੋਸਤ ਆਪਣੇ ਸੈਟਅਪ 'ਤੇ ਲੈ ਕੇ ਆਇਆ, ਤੁਹਾਨੂੰ ਹੁਣ ਦਿਖਾਉਂਦੇ ਹਾਂ, ਉਹਦਾ ਸ਼ੋਅ ਕਰਾਉਂਦੇ ਹਾਂ। ਮਾਸ਼ਾਅੱਲਾ ਉਹਦੇ ਆਉਣ ਨਾਲ ਹੋਰ ਰੌਣਕਾਂ ਸੈਟਅਪ 'ਤੇ ਲੱਗ ਗਈਆਂ। ਦੋਸਤੋ ਆਹ ਪਰਿੰਦਾ ਸਾਡਾ ਜਿਹੜਾ ਅਸੀਂ ਸੈਟਅਪ 'ਤੇ ਲੈ ਕੇ ਆਏ, ਮਾਸ਼ਾਅੱਲਾ ਚੈੱਕ ਕਰੋ। ਇਸ ਤੋਂ ਪਹਿਲੇ ਸਾਡੇ ਕੋਲ ਰਾਜਾ ਸੀਗਾ, ਉਹਦੀ ਮੈਂ ਤਸਵੀਰ ਅਟੈਚ ਕਰ ਦਿੰਦਾ, ਉਹ ਵੀ ਮਾਸ਼ਾਅੱਲਾ ਇਸ ਤਰ੍ਹਾਂ ਹੀ ਸੀਗਾ, ਇਸ ਉਹ ਵੀ ਇਸ ਕਲਰ ਦਾ ਹੀ ਸੀਗਾ, ਤਾਂ ਇਹ ਜਿਹੜਾ ਹੁਣ ਅਸੀਂ ਲੈ ਕੇ ਆਏ ਉਸ ਕਲਰ ਦਾ ਹੀ ਆ, ਅਤੇ ਮਾਸ਼ਾਅੱਲਾ ਚੈੱਕ ਕਰੋ। ਦੋਸਤੋ ਇਹਦੇ ਜਿਹੜੇ ਆ ਮੂੰਹ 'ਤੇ ਨਿਸ਼ਾਨ ਆ, ਇਹ ਅਸੀਂ ਲੈ ਕੇ ਕਸਾਈ ਦੇ ਕੋਲ ਸੀਗਾ, ਅਤੇ ਉਹਨੇ ਲੜਾ ਲੜਾ ਕੇ ਨਾ ਇਹਦਾ ਆਹ ਹਾਲ ਕੀਤਾ ਹੋਇਆ ਸੀਗਾ, ਅਤੇ ਫਿਰ ਮੇਰਾ ਚੱਕਰ ਲੱਗਾ ਉੱਥੇ ਕਸਾਈ ਵਾਲੀ ਦੁਕਾਨ 'ਤੇ, ਅਤੇ ਮੈਂ ਫਿਰ ਲਿਆ ਆ। ਮਾਸ਼ਾਅੱਲਾ ਚੈੱਕ ਕਰੋ, ਪੂਛੜ ਦਾ ਸਾਰਾ ਸੱਤਿਆਨਾਸ਼ ਹੋਇਆ, ਬ੍ਰੀਡਰ ਮੁਰਗਾ, ਮੂੰਹ ਦੇ ਹਾਲਾਤ ਚੈੱਕ ਕਰੋ ਇਹਦੇ, ਹੁਣ ਲੈ ਕੇ ਆਇਆ ਤੁਹਾਡੇ ਸਾਹਮਣੇ, ਆਹ ਦੇਖੋ ਕੀ ਹਾਲਾਤ ਆ ਮੂੰਹ ਦੇ, ਲੜਾ ਲੜਾ ਕੇ ਉਹਨਾਂ ਨੇ ਇਹ ਹਾਲਤ ਕੀਤੀ ਆ। ਜਿਹੜੇ ਸ਼ਿਕਾਰੀ ਹੁੰਦੇ ਉਹਨਾਂ ਦਾ ਵੀ ਕੋਈ ਹਾਲ ਨਹੀਂ ਹੋਇਆ, ਜਾਨਵਰ ਦੇ ਨਾਲ ਇੰਨਾ ਜ਼ੁਲਮ ਕਰਦੇ। ਕੱਲ੍ਹ ਆ ਕੇ ਇਹਨੂੰ ਨਵਾਇਆ ਸੀ, ਤਾਂ ਫਿਰ ਇਹਦੇ ਹਾਲਾਤ ਸਹੀ ਹੋਏ ਕੁਛ, ਨਹੀਂ ਤਾਂ ਕੋਈ ਹਾਲਾਤ ਕੋਈ ਨਹੀਂ ਸੀਗੇ ਮੁਰਗੇ ਦੇ। ਮਾਸ਼ਾਅੱਲਾ ਇਸ ਦੇ ਆਹ ਨਾਲ ਸੈਟਅਪ 'ਤੇ ਚੰਗੀਆਂ ਰੌਣਕਾਂ ਲੱਗ ਗਈਆਂ, ਹੁਣ ਇਨਸ਼ਾਅੱਲਾ ਇਸ ਦੇ ਬਰੀਡ ਲਵਾਂਗੇ, ਅਤੇ ਜਿੰਨਾ ਅਰਸਾ ਸਾਡੇ ਨਾਲ ਰਹੂਗਾ ਫਿਰ ਰੱਖਾਂਗੇ। ਰਾਜਾ ਤਾਂ ਖੈਰ ਥੋੜ੍ਹਾ ਟਾਈਮ ਕੱਢ ਕੇ ਗਿਆ ਸਾਡੇ ਨਾਲ, ਇਹ ਜਿੰਨਾ ਅਰਸਾ ਰਹੂਗਾ ਤਾਂ ਇਨਸ਼ਾਅੱਲਾ ਰੱਖਾਂਗੇ ਇਹਨੂੰ ਆਪਣੇ ਕੋਲ। ਬਾਕੀ ਚੈੱਕ ਕਰੋ ਕੁਆਲਿਟੀ ਮੁਰਗੇ ਦੀ, ਕਿੱਲ ਚੈੱਕ ਕਰੋ, ਬਣਾਏ ਹੋਏ ਸੀ ਕਿੱਲ, ਇਹ ਲੜਾਈ ਕਰਵਾਉਂਦੇ ਸੀ ਨਾ ਤਾਂ ਵਾਸਤੇ ਬਣਾਏ ਹੋਏ ਸੀ, ਜੇ ਕੋਈ ਸੀਗਾ ਮੈਨੂੰ ਲੱਗਦਾ ਸ਼ਿਕਾਰੀ ਸੀਗਾ ਉਹ ਵੀ, ਅਤੇ ਪੂਛੜ ਦੇ ਹਾਲਾਤ ਕੋਈ ਨਹੀਂ ਰਹਿ ਗਏ ਇਹਦੇ, ਕਿਉਂਕਿ ਗੋਸ਼ਤ ਵਾਲੀ ਦੁਕਾਨ 'ਤੇ ਛੋਟੇ ਛੋਟੇ ਪਿੰਜਰੇ ਸੀਗੇ, ਤਾਂ ਪੂਛੜੇ ਦੀ ਸਾਰੀ ਖਰਾਬ ਹੋ ਗਈ। ਅਤੇ ਮਾਸ਼ਾਅੱਲਾ ਚੈੱਕ ਕਰੋ, ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਸੀ ਉਸ ਤਰ੍ਹਾਂ ਦਾ ਹੀ ਲੱਭ ਗਿਆ, ਖੈਰ ਰਾਜਾ ਦੀ ਕਮੀ ਤਾਂ ਨਹੀਂ ਪੂਰੀ ਕਰ ਸਕਦਾ, ਲੇਕਿਨ ਮੁਰਗਾ ਅੱਛਾ।
ਖਰਗੋਸ਼ ਸਾਰੇ ਹੁਣ ਇੱਥੇ ਬਹਿ ਗਏ ਹੁਣ ਆ ਕੇ। ਖਰਗੋਸ਼ ਨਹੀਂ ਇੱਥੇ ਬਹਿ ਗਈ ਆ ਕੇ। ਆਹ ਮੁਰਗਾ ਨਵਾਂ ਤਾਂ ਰਾਣੀ ਛੋੜੀ ਹੋਈ ਆ। ਮੁਰਗਾ ਨਹੀਂ ਛੋੜਿਆ, ਮੁਰਗਾ ਲੜਾਈ ਕਰਦਾ ਸੀ ਬੱਚਿਆਂ ਦੇ ਨਾਲ, ਇਸ ਵਜ੍ਹਾ ਤੋਂ ਮੁਰਗੇ ਨੂੰ ਬੰਦ ਕੀਤਾ। ਰਾਣੀ ਕੁਛ ਨਹੀਂ ਕਹਿੰਦੀ, ਰਾਣੀ ਛੋੜੀ ਹੋਈ ਆ। ਤਾਂ ਪੱਠੇ ਲੈ ਕੇ ਆਇਆ ਅਤੇ ਆਹ ਸਾਡੇ ਅਜੂਜ ਮਜੂਜ ਇਕੱਠੀ ਹੋ ਗਈ ਆ ਦੇ, ਇਹਨਾਂ ਨੂੰ ਵੀ ਪਾਉਂਦੇ ਹਾਂ ਤਾਂ ਆਪਣੇ ਖਰਗੋਸ਼ਾਂ ਨੂੰ ਵੀ ਪਾ ਦਿੰਦੇ ਪੱਠੇ। ਅਤੇ ਕਿਸ ਤਰ੍ਹਾਂ ਪਈ ਹੋਈ ਆ ਅਤੇ ਆਹ ਸਾਰਾ ਖਰਗੋਸ਼ ਤੱਕ ਕਿਸ ਤਰ੍ਹਾਂ ਪਿਆ। ਚਾਹ ਚੌਧਰੀ ਸਾਹਿਬ ਥੱਲੇ ਬੰਦ ਕੀਤਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਖਾਓ ਬਈ ਪੱਠੇ, ਖਾਓ ਖਾਓ ਖਾਓ। ਬਸ ਦੋਸਤੋ ਦੋ ਵਾਸਤੇ ਬੜੇ ਆ, ਇਹਨਾਂ ਨੇ ਖਾ ਲੈਣੇ, ਸ਼ਾਮ ਨੂੰ ਫਿਰ ਪਾ ਦਾਂਗੇ। ਹੁਣ ਆਪਣੇ ਮੁਰਗੇ ਨੂੰ ਵੀ ਪਾ ਦਈਏ। ਚਲ ਤੂੰ ਵੀ ਖਾ ਲਾ। ਚਲੋ ਜੀ, ਅਤੇ ਆ ਬੱਚਿਆਂ ਨੂੰ ਵੀ ਪਾ ਦਈਏ। ਮੁਰਗੀ ਨੂੰ ਵੀ ਅੰਦਰ ਹੀ ਪਾ ਦਈਏ ਇੱਥੇ। ਚਲੋ ਜੀ, ਇਹਨਾਂ ਬੱਚਿਆਂ ਨੇ ਇੱਥੇ ਖਾ ਲੈਣੇ, ਉਸ ਇਕੱਲੇ ਨੇ ਉੱਥੇ ਖਾ ਲੈਣੇ, ਮੁਰਗੇ ਨੂੰ ਅੰਦਰ ਪਾ ਦਿੱਤੇ। ਅਤੇ ਖਰਗੋਸ਼ ਹੋਣੀ, ਖਰਗੋਸ਼ ਨਹੀਂ ਫਿਰ ਲੰਬੀ ਪੈ ਗਈ। ਚਲੋ ਇਹਨਾਂ ਨੇ ਵੀ ਖਾ ਖੂ ਲੈਣੇ, ਬਾਕੀ ਘਰ ਦੇ ਹਾਲਾਤ ਇਹਨਾਂ ਨੇ ਕੀ ਕੀਤੇ ਹੋਏ ਆ, ਮੁਰਗੇ ਨੂੰ ਵੀ ਇੱਥੇ ਪਾ ਦਿੱਤੇ। ਆ ਬਾਕੀ ਜਿਹੜੇ ਬਸ ਗਿਆ ਕੜਾਹੀਏ ਦੇ ਵਿੱਚ ਰੱਖ ਲੈਣੇ, ਤਾਂ ਕਿ ਖਰਾਬ ਨਾ ਹੋਣ, ਛਾਪਰ ਦੇ ਖਰਾਬ ਹੋ ਜਾਣੇ ਇਹ। ਬਾਕੀ ਦੋਸਤੋ ਆਹ ਸੀਗਾ ਸਾਡਾ ਅੱਜ ਦਾ ਵਲੋਗ, ਉਮੀਦ ਕਰਦਾ ਤੁਹਾਨੂੰ ਚੰਗਾ ਲੱਗਾ ਹੋਊਗਾ। ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਮਾਰੋ ਅਤੇ ਬੈਲ ਆਈਕਨ ਵੀ ਪ੍ਰੈਸ ਕਰ ਲਓ। ਮਿਲਾਂਗੇ ਕੱਲ੍ਹ ਇੱਕ ਨਵੀਂ ਵੀਡੀਓ ਨਵੇਂ ਵਲੋਗ ਨਾਲ। ਅੱਲਾ ਹਾਫਿਜ਼।